ਅਸੀਂ ਫਿਰ ਆਖਾਂਗੇ ਸਾਡੇ ਡਰਾਈਵਰ ਨੂੰ ਵੀ ਟੁਰਨੀ ਦਿਓ ਮੋੜ ਡਰਾਈਵਰ ਨੂੰ ਤੇ ਉਹ ਬੱਟੀ ਸਾਹਿਬ ਦੇਣਗੇ ਨਾ ਜਿੰਨਾ ਲਈਏ ਜੀ ਜਦੋਂ ਅਨਲੋਡ ਕਰਨਗੇ ਚਲੋ ਜੀ ਕੋਈ ਨਹੀਂ ਅੱਲਾਹ ਤਾਲਾ ਖੈਰ ਕਰਵਾ ਦੇ ਦੁਆ ਦੇ ਜੀ ਇਨਸ਼ਾਅੱਲਾ ਤਾਲਾ ਮੋੜੀਏ ਤੇ ਪੱਠਾ ਬੜਾ ਚਲੋ ਆ ਜਾਏਗੀ ਵੀਡੀਓ ਤੁਹਾਡੇ ਵੱਲੇ ਛੱਡੋ 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 ਤੂੰ ਲਾਜ਼ਮੀ ਵੀਡੀਓ ਵੇਖਣੀ ਹੈ ਨਹੀਂ ਨਹੀਂ ਉਹਨੂੰ ਵੀਡੀਓ ਵੇਖਣੀ ਚਾਹੀਦੀ ਉਹਦਾ ਵੇਖਣੀ ਚੱਲ ਬਾਕੀ ਇੱਥੇ ਠੱਲ ਮਾੜੀ ਜੀ ਬਕਾਇਆ ਜੀ ਮਾਸ਼ਾਅੱਲਾ ਬਿਲਕੁਲ ਜੀ ਰਵਾਨਗੀ ਲਈ ਕੰਮ ਤਿਆਰ ਹੈ ਤੂੰ ਇਧਰ ਮੱਝ ਉਹਨੂੰ ਫੜਾ ਦੇ ਤੂੰ ਕੱਟੀ ਚੱਕ ਲੈ ਡਰਾਈਵਰ ਕੋਲ ਨੀ ਚੱਕੀ ਜਾਣੀ ਤੇਰੀ ਮਿਹਰਬਾਨੀ ਆ ਜਨਾਬ ਕੱਟੀ ਮਾਸ਼ਾਅੱਲਾ ਤੂੰ ਕੱਟੀ ਚਾਲ ਹੈ ਨਹੀਂ ਨਹੀਂ ਮਾਰਦੀ ਨੀ ਟੈਨਸ਼ਨ ਨਾ ਲੈ ਤੂੰ ਸਿੱਧਾ ਟੁਰੇਗਾ ਨਾ ਮੈਨੇ ਕਰਮਾਲੀ ਨੇ ਕੀ ਆਖਣਾ ਬੰਨੇ ਤੇ ਇਹਦੇ ਸੁੱਕੇ ਸੁੱਕੇ ਅਈ ਪਰਾਂ ਨੂੰ ਕੱਢ ਅੱਗੇ ਕੱਟੀ ਚੱਕ ਕੇ ਤੂੰ ਟੋਰ ਕੱਟੀ ਚੱਕ ਕੇ ਕੱਟੀ ਚਾ ਕੇ ਟੋਰ ਉਹ ਹਾਂ ਬਸ ਬਸ ਐਵੇਂ ਨਹੀਂ ਆ ਨਾ ਨਾ ਥਾਣਾ ਚ ਨਾ ਮੂੰਹ ਨਾ ਮਰਾ ਥਾਣਾ ਨਾ ਮੂੰਹ ਮਰਾ ਐਵੇਂ ਖਰਾਬ ਹੋ ਜਾਂਦੀ ਮੁੜ ਥਾਣਾ ਚ ਲੈ ਲਓ ਜੀ ਮਾਸ਼ਾਅੱਲਾ ਪਾਕ ਪਤਨ ਤੋਂ ਜਨਾਬ ਰਵਾਨਗੀ ਸਰਗੋਦੇ ਲਈ ਅਲੀ ਹਾਸ਼ਮ ਡੇਅਰੀ ਫਾਰਮ ਤੇ ਜਿਨ੍ਹਾਂ ਦੇ ਓਨਰ ਅਲੀ ਅਬਾਸ ਭੱਟੀ ਸਾਹਿਬ ਨੇ ਅੱਲਾਹ ਪਾਕ ਉਹਨਾਂ ਦੇ ਜਨਾਬ ਝੋਟੀ ਨਸੀਬਾਂ 'ਚ ਕਰੇ ਬਕਾਇਆ ਮਾਸ਼ਾਅੱਲਾ ਚੰਗੇ ਕਦ ਦੀ ਮਾਲਕ ਹੈ ਸੋਹਣੀ ਆਰ ਪਾਸੋਂ ਝੋਟੀ ਭਾਈ ਇਤਮ ਖਾਂ ਝੋਟੀ ਦਾ ਕੱਦ ਕਿੰਨਾ ਕੁ ਹੈ ਵੇਖੋ ਤੁਸੀਂ ਮਾਲਕ ਦੇ ਫੁੱਲ ਅਸੀਂ ਲੈ ਇੱਧਰ ਨੂੰ ਲੈ ਬਸ ਨਾ ਮੂੰਹ ਨਾ ਮਾਰਨ ਦੇ ਯਾਰ ਨਾ ਮੂੰਹ ਨਾ ਮਾਰਨ ਦੇ ਸਿੱਧਾ ਚੱਲ ਸਿੱਧਾ ਸਿੱਧਾ ਚੱਲ ਨਾਲਾ ਨਹੀਂ ਟੱਪਣੀ ਯਾਰ ਠੀਕ ਹੈ ਬਾਗਲ ਹੋ ਜਾ ਖਲੇ ਤੂੰ ਨਹੀਂ ਨਹੀਂ ਉਹ ਤਾਂ ਚਾਹ ਇਹਨੂੰ ਪੂਰਾ ਲਿਆ ਹੁਣ ਝੋਟੀ ਤੂੰ ਅੱਗੇ ਚੱਕ ਕੇ ਲੱਗ ਜਾ ਬਣਾ ਅੱਗੇ ਲੈ ਆ ਬਾਕੀ ਜੀ ਸ਼ਾਰਟਕਟ ਰਸਤੇ ਤੇ ਜਾ ਰਹੇ ਆ ਭਾਈ ਇਤਮ ਖਾਂ ਦੇ ਵਾਵਾ ਉਤੋਂ ਸਫਰ ਪੈਂਦਾ ਜਿਹੜਾ ਡੇਰੇ ਨੂੰ ਆਦਾ ਹੈ ਲਓ ਜੀ ਮਾਸ਼ਾਅੱਲਾ ਜਿਹੜੀ ਨਾ ਰਵਾਨਗੀ ਪਾਕ ਪਤਨ ਤੋਂ ਜਨਾਬ ਸਰਗੋਦੇ ਲਈ ਜਨਾਬੇ ਵਾਲੀ ਮਾਸ਼ਾਅੱਲਾ ਅਲੀ ਹਾਸ਼ਮ ਡੇਅਰੀ ਫਾਰਮ ਅਲੀ ਅਬਾਸ ਅੱਲਾ ਸੋਹਣੇ ਦੇ ਵਾਲੇ ਜੀ ਸੋੜੀ ਬੰਦੇ ਆ ਕੱਟਾ ਇਧਰਲੀ ਗੁੱਟ ਚ ਕਰਕੇ ਬੰਦੇ ਵੇਖੀ ਫੜੀ ਕੱਟੇ ਨੂੰ ਪਹਿਲੇ ਫੜ ਕੱਟੇ ਨੂੰ ਫੜ